ਜਿਵੇਂ ਉਦਮ ਸਿੰਘ ਨੇ 21 ਸਾਲ ਸਬਰ ਰੱਖਿਆ ਔਰ ਸਹੀ ਮੌਕੇ ਦੀ ਤਾਕ ਰੱਖੀ ਉਸ ਦਿਨ ਤੋਂ ਪਹਿਲਾਂ ਕਈ ਵਾਰੀ ਮੌਕਾ ਮਿਲਿਆ ਉਦਮ ਸਿੰਘ ਨੂੰ ਔਡਵੈਰ ਨੂੰ ਮਾਰ ਸਕਦਾ ਸੀ ਪਰ ਸਹੀ ਥਾਂ ਜਿੱਥੋਂ ਉਹਨੂੰ ਲੱਗਿਆ ਕਿ ਜਿੱਥੋਂ ਮੈਸੇਜ ਜੋ ਉਹ ਦੇਣਾ ਚਾਹੁੰਦਾ ਸੀ ਦੁਨੀਆ ਨੂੰ ਕਿ ਉਹ ਮੈਸੇਜ ਉਹੀ ਦੁਨੀਆ 'ਚ ਜਾਵੇ ਓਏ ਪਾਪੀਆਂ ਦੇ ਘਰ ਜਾ ਕੇ ਪਾਪੀ ਕਿਵੇਂ ਮਾਰਿਆ ਕੱਲੀ ਕੱਲੀ ਸਾਨੂੰ ਉਹ ਖਬਰ ਅੱਜ ਯਾਦ ਹੈ ਦੁਨੀਆ ਤੇ ਹਰ ਪਾਸੇ ਫੈਲਿਆ ਪੈਗਾਮ ਤੇਰਾ ਉਦਮ ਸਿਆਰ ਉਹਨੂੰ ਇਹ ਵੀ ਪਤਾ ਹੈ ਕਿ ਅਦਵਾਇਰ ਨੂੰ ਮਾਰਨ ਤੋਂ ਬਾਅਦ ਮਿਲਣੀ ਫਾਂਸੀ ਹੋਈ ਹੈ ਲੱਗਣਾ ਫਾਹੀ ਹੈ ਪਰ ਜਿਹੜੇ ਸੂਰਮੇ ਗੁਲਾਮ ਨਹੀਂ ਤੱਕ ਸਕਦੇ ਆਪਣੇ ਲੋਕਾਂ ਨੂੰ ਆਪਣੀ ਮਿੱਟੀ ਨੂੰ ਆਪਣੀ ਮਾਂ ਨੂੰ ਉਹ ਨਹੀਂ ਡਰਦੇ ਮੌਤੋਂ ਓਏ ਸਾਡੇ ਸੜਕਾਂ ਤੇ ਰੋਲ ਜਾਂਦੇ ਆਲੂ ਗੰਡੇ ਕਦੇ ਮਿਲਦੇ ਨਾ ਮੁੱਲ ਸਾਨੂੰ ਮੂੰਹੋਂ ਮੰਗੇ ਓਏ ਖਾਗੇ ਲੁੱਟ ਕੇ ਦੇਸ਼ ਮੇਰਾ ਬਿੱਲੇ ਰੰਗੇ ਬਿੱਲੇ ਰੰਗੇ ਬਿੱਲੇ ਰੰਗੇ ਓਏ ਰਹਿੰਦੇ ਜੱਟਾਂ ਨੂੰ ਯਾਦ ਕਿੱਥੇ ਸੰਡੇ ਮੰਡੇ ਜਿਨ੍ਹਾਂ ਉਮਰਾਂ 'ਚ ਮੁੰਡੇ ਵਿਆਹ ਦੇ ਸੁਪਨੇ ਲੈਂਦੇ ਆ ਭੈਣਾ ਆਪਣੇ ਵੀਰਾਂ ਦੀਆਂ ਘੋੜੀਆਂ ਗਾਉਂਦੀਆਂ ਉਹਨਾਂ ਉਮਰਾਂ 'ਚ ਉਦਮ ਸਿੰਘ ਹੋਰਾਂ ਨੇ ਭਗਤ ਸਿੰਘ ਹੋਰਾਂ ਨੇ ਹੱਸ-ਹੱਸ ਕੇ ਫਾਂਸੀਆਂ ਝੂਲੀਆਂ ਮੈਂ ਵਤਨੀ ਉਦਮ ਜੰਮਿਆ ਅੱਜ RAM MUHAMMAD SINGH ਅਸੀਂ ਬਦਲਾ ਲੈਣਾ ਜਾਣਦੇ ਸਾਨੂੰ ਆਉਂਦੇ ਨਾ ਵਲਵਿੰਗ ਜਦ ਤੱਕ ਨਾ ਮੁਖੀਆਂ ਗੋਲੀਆਂ ਰਹੇ ਤੇਰੇ ਚੱਲਦੇ ਪੈਰ ਹੁਣ ਆ ਗਈ ਧਾਵੀ ਮੌਤ ਦੀ ਤੂੰ ਤਕੜਾ ਹੋ ਅੜਵੈਰ ਮੈਂ ਕਸਮ ਖਾਦੀ ਤੈਨੂੰ ਮਾਰਨਾ ਅੱਜ ਉਹ ਗਿਆ ਦਿਨ ਆ ਮੇਰੇ ਧਰਤੀ ਪਾ ਬਣਾ ਲੱਗਦੇ ਮੈਨੂੰ ਗੋਡੇ-ਗੋਡੇ ਚਾ ਸੋ ਅੱਜ ਅਸੀਂ ਉਹ ਸੂਰਮੇ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਜਿਹਨੂੰ ਆਪਣਾ ਨਿਸ਼ਾਨਾ ਸਾਹਮਣੇ ਦੇਖ ਕੇ ਗੋਡੇ-ਗੋਡੇ ਚਾ ਛੜ ਗਿਆ ਔਰ ਉਹਨੂੰ ਇਹ ਵੀ ਪਤਾ ਹੈ ਕਿ ਅਡਵੈਰ ਨੂੰ ਮਾਰਨ ਤੋਂ ਬਾਅਦ ਮਿਲਣੀ ਫਾਂਸੀ ਹੋਈ ਐ ਲੱਗਣਾ ਫਾਹੀ ਐ ਪਰ ਜਿਹੜੇ ਸੂਰਮੇ ਗੁਲਾਮ ਨਹੀਂ ਤੱਕ ਸਕਦੇ ਆਪਣੇ ਲੋਕਾਂ ਨੂੰ ਆਪਣੀ ਮਿੱਟੀ ਨੂੰ ਆਪਣੀ ਮਾਂ ਨੂੰ ਉਹ ਨਹੀਂ ਡਰਦੇ ਮੌਤੋਂ ਔਰ ਹੱਸਦੇ ਹੱਸਦੇ ਫਾਂਸੀਆਂ ਝੂਲੀਆਂ ਔਰ ਗੋਲੀ ਮਾਰਨ ਤੋਂ ਬਾਅਦ ਕਿਤੇ ਭੱਜਿਆ ਨਹੀਂ ਕਿਤੇ ਡਰਿਆ ਨਹੀਂ ਸੋ ਆਪ ਕਿਹਾ ਮੈਨੂੰ ਗ੍ਰਿਫਤਾਰ ਕਰੋ ਜਿਹੜਾ ਸਬਰ ਲੈ ਕੇ ਅੱਜ ਇਕ ਕਿਸਾਨ ਮੋਰਚਾ ਆਪਣੀ ਲੜਾਈ ਲੜ ਰਿਹਾ ਐਨੇ ਮਹੀਨੇ ਤੁਹਾਨੂੰ ਇੱਥੇ ਬੈਠਿਆਂ ਨੂੰ ਹੋ ਗਏ ਤੁਸੀਂ ਕੜਕ ਦੀ ਠੰਡ ਆਪਣੇ ਸਿਰ ਤੇ ਹੰਡਾਈ ਗਰਮੀ ਹੰਡਾਈ ਤੋਂ ਹੁਣ بارشਾਂ ਮੀਂਹ ਨੂੰ ਤੁਸੀਂ ਚੱਲ ਰਹੇ ਹੋ ਕਿਉਂਕਿ ਸਾਨੂੰ ਸਬਰ ਮਿਲਿਆ ਉਹ ਸੂਰਮੇ ਤੋਂ ਜਿਨੇ 21 ਸਾਲ ਸਬਰ ਰੱਖਿਆ ਔਰ ਇੱਕ ਛੋਟੇ ਪਰਿਵਾਰ ਤੋਂ ਉੱਠ ਕੇ ਯਤਿਮ ਖਾਨੇ ਦੇ ਵਿੱਚ ਪੜ ਕੇ ਕਿਉਂਕਿ ਜਿਹਦੇ ਤੇ ਬਖਸ਼ਿਸ਼ ਹੋਣੀ ਹੋਵੇ ਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਬਹੁਤ ਵੱਡੇ ਘਰਾਣੇ ਚੋਂ ਨਿਕਲ ਕੇ ਆਵੇ ਬਹੁਤ ਵੱਡੇ ਪਰਿਵਾਰ ਦਾ ਉਹ ਗੱਭਰੂ ਹੋਵੇ ਸੋ ਜਿਹਦੇ ਅੰਦਰ ਚੰਗਿਆੜੀ ਫੁੱਟਣੀ ਹੁੰਦੀ ਹੈ ਨਾ ਜਿਹਨੇ ਆਪਣੇ ਲੋਕਾਂ ਲਈ ਕੁਝ ਕਰਨਾ ਹੁੰਦਾ ਸੋ ਉਹ ਫਿਰ ਉੱਚੇ ਵੱਡੇ ਨੀਵੇਂ ਛੋਟੇ ਦਾ ਫਰਕ ਨਹੀਂ ਉੱਥੇ ਰਹਿ ਜਾਂਦਾ ਸੋ ਸ਼ਹੀਦ ਉਦਮ ਸਿੰਘ ਦਾ ਨਾਮ ਇਸੇ ਕਰਕੇ ਅੱਜ ਵੀ ਤਰੂ ਤਾਰੇ ਵਾਂਗੂ ਦੁਨੀਆ ਦੇ ਉੱਤੇ ਚਮਕਦਾ ਹੈ ਔਰ ਜੇ ਅਸੀਂ ਸਿਰ ਚੱਕ ਕੇ ਗਰਦਨ ਅਕੜਾ ਕੇ ਤੁਰਦੇ ਆ ਤਾਂ ਉਹ ਸ਼ਹੀਦ ਉਦਮ ਸਿੰਘ ਦੀ ਬਦੌਲਤ ਹੈ ਕਿਉਂਕਿ ਉਹਨੇ ਜੇ ਅਡਵੈਰ ਦਾ ਬਦਲਾ ਉਸ ਜਲਿਆਂਵਾਲੇ ਬਾਗ ਦਾ ਉਦਮ ਸਿੰਘ ਨਾ ਲੈਂਦਾ ਤਾਂ ਸ਼ਾਇਦ ਅੱਜ ਪੰਜਾਬੀਆਂ ਦੇ ਵਿੱਚ ਇੰਨੀ ਅਣਖ ਔਰ ਇੰਨੀ ਸੂਰਮਤਾਈ ਨਾ ਹੁੰਦੀ ਸਿਰ ਤੁਸੀਂ ਵੀ ਇੱਥੇ ਨਾ ਬੈਠੇ ਹੁੰਦੇ ਕਿਉਂਕਿ ਇਹਨਾਂ ਸੂਰਮਿਆਂ ਨੇ ਸਾਨੂੰ ਸਬਰ ਸਿਖਾਇਆ ਇਹ ਸ਼ੁਰੂ ਹੋਇਆ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਔਰ ਤੁਸੀਂ ਅੱਜ ਵੀ ਉਸੇ ਸਬਰ ਦੇ ਨਾਲ ਉਸੇ ਸਦਕ ਦੇ ਨਾਲ ਲੜ ਰਹੇ ਹੋ ਸੋ ਇੱਕ ਵਾਰੀ ਸ਼ਹੀਦ ਊਧਮ ਸਿੰਘ ਦੇ ਨਾਂ ਤੇ ਨਾਰਾ ਗਜਾਈਏ ਸ਼ਹੀਦ ਊਧਮ ਸਿੰਘ ਅਮਰ ਰਹੇ ਕਿਉਂਕਿ ਉਹ ਸੂਰਮੇ ਨੇ ਪੰਜਾਬੀਆਂ ਦੀ ਇੱਜ਼ਤ ਰੱਖੀ ਪੰਜਾਬੀਅਤ ਦੀ ਇੱਜ਼ਤ ਰੱਖੀ ਸੋ ਕੁਝ ਲਾਈਨਾਂ ਉਹ ਸੂਰਮੇ ਦੇ ਨਾਂ ਤੇ ਸਭ ਤੋਂ ਪਹਿਲਾਂ ਕਿਉਂ ਕਿ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੇ ਚਰਨਾਂ ਦੇ ਵਿੱਚ ਕਿ ਜੇੜੇ ਸ਼ਹਿਰ ਖੇਡਿਆ ਉਹ ਸ਼ਹਿਰ ਨੂੰ ਸਲਾਮ ਹੈ ਜੇੜੀ ਕੁਖੋਂ ਜਮਿਆ ਉਹ ਮਾਂ ਨੂੰ ਪ੍ਰਣਾਮ ਹੈ ਜੁਗੋ ਜੁਗ ਰਹੂ ਸਦਾ ਵਸਦਾ ਸਨਾਮ ਤੇਰਾ ਉਦਮ ਸਿਆ ਦੁਨੀਆ ਤੇ ਚੰਦ ਵਾਂਗੂ ਚਮਕੇ ਓਏ ਨਾਮ ਤੇਰਾ ਉਦਮ ਸਿਆ ਦੁਨੀਆ ਤੇ ਚੰਦ ਵਾਂਗੂ ਚਮਕੇ ਓਏ ਨਾਮ ਤੇਰਾ ਉਦਮ ਸਿਆ ਵੈਰੀਆਂ ਦੇ ਚਿਹਰਿਆਂ ਦਾ ਡਰ ਸਾਨੂੰ ਯਾਦ ਐ 21 ਸਾਲ ਕੀਤਾ ਜੋ ਸਬਰ ਸਾਨੂੰ ਯਾਦ ਐ ਓਏ ਪਾਪੀਆਂ ਦੇ ਘਰ ਜਾ ਕੇ ਪਾਪੀ ਕਿਵੇਂ ਮਾਰਿਆ ਕੱਲੀ ਕੱਲੀ ਸਾਨੂੰ ਉਹ ਖਬਰ ਅੱਜ ਯਾਦ ਐ दुनिया ते हर पासे फैलिया पैगाम तेरा उदम जोग जुग सदा स सनाम तेरा उदम से आ। दुनिया ते चंद चमके हुए नाम तेरा उदम से आ। दुनिया ते चंद चमके हुए नाम तेरा उदम स इनकलाब क्योंकि उस सूर में ਜਿਨ੍ਹਾਂ ਦੇ ਸਦਕਾ ਅੱਜ ਅਸੀਂ ਆਜ਼ਾਦੀ ਮਾਣ ਰਹੇ ਆਂ ਔਰ ਚੜ੍ਹਦੀਆਂ ਜਵਾਨੀਆਂ ਜਿਨ੍ਹਾਂ ਨੇ ਇਸ ਦੇਸ਼ ਦੇ ਔਰ ਸਾਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਜਿੰਦੜੀਆਂ ਹੱਸ-ਹੱਸ ਕੇ ਫਾਂਸੀਆਂ ਝੁਲੀਆਂ ਕੋਈ ਬੁੜੇ ਹੋ ਕੇ ਨਹੀਂ ਮਰੇ ਜਿਨ੍ਹਾਂ ਉਮਰਾਂ 'ਚ ਮੁੰਡੇ ਵਿਆਹ ਦੇ ਸੁਪਨੇ ਲੈਂਦੇ ਆਂ ਭੈਣਾ ਆਪਣੇ ਵੀਰਾਂ ਦੀਆਂ ਘੋੜੀਆਂ ਗਾਉਂਦੀਆਂ ਉਹਨਾਂ ਉਮਰਾਂ 'ਚ ਉਦਮ ਸਿੰਘ ਹੋਰਾਂ ਨੇ ਭਗਤ ਸਿੰਘ ਹੋਰਾਂ ਨੇ ਹੱਸ-ਹੱਸ ਕੇ ਫਾਂਸੀਆਂ ਝੁਲੀਆਂ ਔਰ ਮੈਂ ਤੁਹਾਡੇ ਸਿੱਧਕ ਨੂੰ ਤੁਹਾਡੇ ਸਬਰ ਨੂੰ ਹਮੇਸ਼ਾ ਹੀ ਸਲੂਟ ਕਰਦਾ ਕਿਉਂਕਿ ਇਹ ਸਿੱਦਕ ਦੀ ਲੜਾਈ ਹੈ ਜਿਵੇਂ ਉਦਮ ਸਿੰਘ ਨੇ 21 ਸਾਲ ਸਬਰ ਰੱਖਿਆ ਔਰ ਸਹੀ ਮੌਕੇ ਦੀ ਤਾਕ ਰੱਖੀ ਉਸ ਦਿਨ ਤੋਂ ਪਹਿਲਾਂ ਕਈ ਵਾਰੀ ਮੌਕਾ ਮਿਲਿਆ ਉਦਮ ਸਿੰਘ ਨੂੰ ਅਡਵੈਰ ਨੂੰ ਮਾਰ ਸਕਦਾ ਸੀ ਪਰ ਸਹੀ ਥਾਂ ਜਿੱਥੋਂ ਉਹਨੂੰ ਲੱਗਿਆ ਕਿ ਜਿੱਥੋਂ ਮੈਸੇਜ ਜੋ ਉਹ ਦੇਣਾ ਚਾਹੁੰਦਾ ਸੀ ਦੁਨੀਆ ਨੂੰ ਕਿ ਉਹ ਮੈਸੇਜ ਉਹੀ ਦੁਨੀਆ 'ਚ ਜਾਵੇ ਕਿ ਅਸੀਂ ਕਿਵੇਂ ਸਬਰ ਕਰਦੇ ਹਾਂ ਔਰ ਜਿਹੜਾ ਸਾਡੇ ਨਾਲ ਕੋਈ ਬਦੀ ਕੀ ਕਰਦਾ ਔਰ ਉਹਨੂੰ ਕਿਵੇਂ ਅਸੀਂ ਸਜ਼ਾ ਦਿੰਨੇ ਆ ਔਰ ਚਾਹੇ ਉਹ ਸੱਤਾ ਸਮੁੰਦਰਾਂ ਤੋਂ ਪਾਰ ਆ ਕੇ ਵੀ ਦੇਣੀ ਪਵੇ ਸੋ ਉਹੀ ਮੈਸੇਜ ਉਹ ਸੂਰਮੇ ਨੇ ਦਿੱਤਾ ਔਰ ਤੁਸੀਂ ਅੱਜ ਉਸੇ ਲੜੀ ਨੂੰ ਅੱਗੇ ਤੋਰ ਰਹੇ ਹੋ ਤੁਹਾਨੂੰ ساری ਦੁਨੀਆ ਸਲਾਮ ਕਰ ਰਹੀ ਹੈ ساری ਦੁਨੀਆ ਤੁਹਾਡਾ ਸਿੱਦਕ ਦੇਖ ਰਹੀ ਹੈ ਤੁਹਾਡਾ ਸਬਰ ਦੇਖ ਰਹੀ ਹੈ ਔਰ ਕਦੇ ਵੀ ਮਨ ਦੇ ਵਿੱਚ ਇਹ ਨਾ ਲਿਆਇਓ ਕਿ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਮੈਂ ਅੱਜ ਵੀ ਅਸੀਂ ਗੱਲਾਂ ਕਰਦੇ ਆ ਰਹੇ ਸੀ ਰਾਹ 'ਚ ਕਿ ਕਿਹੜੀ ਸਰਕਾਰ ਹੈ ਨਹੀਂ ਤਾਂ ਵੋਟਾਂ ਤੱਕ ਲੀਡਰਾਂ ਨੂੰ ਥੋੜੀ ਜੀ ਭਾਈ ਦੌੜ ਹੁੰਦੀ ਹੈ ਜਿੱਦਣ ਵੋਟਾਂ ਪੈ ਜਾਂਦੀਆਂ ਉਹ ਤੋਂ ਬਾਅਦ ਐਨ ਸੁੱਖ ਦਾ ਸਾਹ ਆ ਜਾਂਦਾ ਬਈ ਹੁਣ ਸੱਤਾ ਭੋਗਾਂਗੇ ਜਿੱਥੇ ਜਾਵਾਂਗੇ ਉਥੇ ਹਾਰ ਪੈਣਗੇ ਨਾਰੇ ਲੱਗਣਗੇ ਸਵੇਰੇ ਸਵੇਰੇ ਫੋਟੋਆਂ ਅਖਬਾਰਾਂ ਚ ਦੇਖਿਆ ਕਰਾਂਗੇ ਵੱਡੀਆਂ ਵੱਡੀਆਂ ਖਬਰਾਂ ਆਉਣਗੀਆਂ ਸੋ ਇਹ ਕੋਈ ਸਰਕਾਰ ਨਹੀਂ ਚਾਹੁੰਦੀ ਕੋਈ ਲੀਡਰ ਨਹੀਂ ਚਾਹੁੰਦਾ ਕਿ ਇਹਨਾਂ ਨੂੰ ਉਹ ਸੁੱਖ ਕਦੇ ਮਿਲ ਹੀ ਨਹੀਂ ਰਿਹਾ ਜਿੱਥੇ ਜਾਂਦੇ ਆ ਪੰਜਾਬ 'ਚ ਜਾਣ ਹਰਿਆਣਾ 'ਚ ਜਾਣ ਹਲਾ 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 ਹੋ ਜਾਂਦੀ ਆ ਔਰ ਭੱਜ ਕੇ ਗੱਡੀਆਂ 'ਚ ਬੜਨਾ ਪੈਂਦਾ ਔਰ ਜੋ ਹਾਲਾਤ ਸੱਤਾ ਤੋਂ ਬਾਹਰ ਰਹਿੰਦੇ ਲੋਕਾਂ ਦੇ ਨਹੀਂ ਹੁੰਦੇ ਉਹ ਇਹਨਾਂ ਦੇ ਸੱਤਾ ਦੇ ਵਿੱਚ ਰਹਿ ਕੇ ਹੋਏ ਹੋਏ ਆ ਸੋ ਇਹ ਆਪਾਂ ਨਹੀਂ ਕਹਿ ਸਕਦੇ ਕਿ ਇਹਨਾਂ ਨੂੰ ਨੀਂਦ ਸੁੱਖ ਦੀ ਆਉਂਦੀ ਹੋ ਤੁਸੀਂ ਇੱਥੇ ਬੈਠੇ ਹੋ ਨੀਂਦਾ ਇਹਨਾਂ ਦੀਆਂ ਹਰਾਮ ਹੋਈਆਂ ਹੋਈਆਂ ਨੇ ਪਰ ਉਹ ਇੱਕ ਜੋ ਕਿਉਂਕਿ ਜਿੱਦੀ ਸਰਕਾਰ ਬਹੁਤ ਆ ਔਰ ਆਪਣੇ ਆਪ ਨੂੰ ਬਹੁਤ ਵੱਡਾ ਜੋ ਬੰਦਾ ਸਮਝਦਾ ਪਰ ਇਹ ਨਹੀਂ ਸਮਝ ਕਿ ਸਾਨੂੰ ਬਣਾਉਣ ਵਾਲੇ ਲੋਕ ਨੇ ਤੁਸੀਂ ਇਹਨਾਂ ਨੂੰ ਚੁਣਨ ਵਾਲਿਆਂ ਉਹ ਜਦੋਂ ਸੜਕਾਂ ਤੇ ਬੈਠੇ ਆ ਕਿਉਂਕਿ ਇਹਨਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਕਿਸਾਨ ਐਡੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਜਾਣਗੇ ਤੇ ਐਡੀ ਲੰਬੀ ਲੜਾਈ ਲੜ ਲੈਣਗੇ ਕਿਉਂਕਿ ਇਹ ਪਹਿਲੀ ਵਾਰੀ ਦਾਤੀਆਂ ਕਈਆਂ ਆਲਿਆਂ ਨਾਲ ਇਹਨਾਂ ਦਾ ਵਾਹ ਪਿਆ ਜਿਹੜੇ ਨਾ ਤਾਂ ਰੋਤਾ ਦੇਖ ਕੇ ਲੜਦੇ ਆ ਨਾ ਦਿਨ ਦੇਖ ਕੇ ਲੜਦੇ ਆ ਕੋਈ ਵਹਿਮ ਭਰਮ ਨਹੀਂ ਕੁਝ ਲਾਈਨਾਂ ਮੈਨੂੰ ਹੋਰ ਯਾਦ ਆਉਂਦੀਆਂ ਕਿਉਂਕਿ ਜੱਟਾਂ ਦੇ ਕੋਈ ਸੰਡੇ ਮੰਡੇ ਨਹੀਂ ਹੁੰਦੇ ਸੋ ਇਹ ਵਾ ਇਹਨਾਂ ਨੇ ਪੁੱਠੇ ਪਾਸੇ ਪੰਗਾ ਲੈ ਲਿਆ ਸੋ ਹੁਣ ਕੁਛ ਨਾ ਕੁਛ ਨਵੇੜਾ ਕਰਨਾ ਹੀ ਪੈਣਾ ਪਰ ਹਲੇ ਤੱਕ ਦਚਿੱਤੀ ਜੀ ਨੇ ਪਰ ਦਿਨ ਬਦਨ ਪ੍ਰੈਸ਼ਰ ਜਿਹੜਾ ਉਹ ਵੱਧ ਰਿਹਾ ਔਰ ਦੁਨੀਆ ਦੇ ਵਿੱਚ ਥੋੜੀ ਬਾਵਾ ਹੋ ਰਹੀ ਆ ਬਹੁਤ ਸਾਰੀਆਂ ਪ੍ਰਾਪਤੀਆਂ ਨੇ ਇਸ ਮੋਰਚੇ ਦੀਆਂ ਸੋ ਉਹ ਲਾਈਨਾਂ ਮੈਨੂੰ ਕੀ ਯਾਦ ਆ ਰਹੀਆਂ ਸੀ ਕਿਹੜੇ ਰਹਿੰਦੇ ਜੱਟਾਂ ਨੂੰ ਯਾਦ ਕਿੱਥੇ ਸੰਡੇ ਮੰਡੇ ਓਏ ਰਹਿੰਦੇ ਕਿਰਤਿਆਂ ਨੂੰ ਯਾਦ ਕਿੱਥੇ ਸੰਡੇ ਮੰਡੇ ਸਾਨੂੰ ਡਾਡੇ ਨੇ ਕੰਮ ਕੁਛ ਐਸੇ ਵੰਡੇ ਤੇਰੇ ਲਿਖੇ ਨਸੀਬ ਜੀ ਨੇ ਵੇਲੇ ਬਹਿ ਕੇ ਵੇਲੇ ਬਹਿ ਕੇ ਵੇਲੇ ਬਹਿ ਕੇ ਸਾਡੇ ਹੱਥਾਂ ਤੇ ਮਾਰੇ ਉਹਨੇ ਖੋਚੇ ਲੰਡੇ ਰਹਿੰਦੇ ਕਿਰਤਿਆਂ ਨੂੰ ਯਾਦ ਕਿੱਥੇ ਸੰਡੇ ਮੰਡੇ ਓਏ ਸਾਡਾ ਖਾ ਕੇ ਅਨਾਜ ਸਾਨੂੰ ਸੱਤਾ ਭੰਡੇ ਹੱਕ ਮੰਗੀਏ ਤੇ ਖਾਣੇ ਪੈਂਦੇ ਡੰਡੇ ਤੇਰੇ ਲਿਖੇ ਨਸੀਬ ਜੀ ਨੇ ਬੇਲੇ ਬੈਕੇ ਵੇਲੇ ਬਹਿ ਕੇ ਵੇਲੇ ਬਹਿ ਕੇ ਸਾਡੇ ਹੱਥਾਂ ਤੇ ਮਾਰੇ ਉਹਨੇ ਖੋਚੇ ਲੰਡੇ ਰਹਿੰਦੇ ਜੱਟਾਂ ਨੂੰ ਯਾਦ ਕਿੱਥੇ ਸੰਦੇ ਮੰਡੇ ਓਏ ਸਾਡੇ ਸੜਕਾਂ ਤੇ ਰੋਲ ਜਾਂਦੇ ਆਲੂ ਗੰਡੇ ਕਦੇ ਮਿਲਦੇ ਨਾ ਮੁੱਲ ਸਾਨੂੰ ਮੂੰਹੋਂ ਮੰਗੇ ਓਏ ਖਾ ਗਏ ਲੁੱਟ ਕੇ ਦੇਸ਼ ਮੇਰਾ ਬਿੱਲੇ ਰੰਗੇ ਬਿੱਲੇ ਰੰਗੇ ਬਿੱਲੇ ਰੰਗੇ ਓਏ ਰਹਿੰਦੇ ਜੱਟਾਂ ਨੂੰ ਯਾਦ ਕਿੱਥੇ ਸੰਡੇ ਮੰਡੇ ਸਾਨੂੰ ਢਾਡੇ ਨੇ ਕੰਮ ਕੁਛ ਐਸੇ ਵੰਡੇ ਤੇਰੇ ਲਿਖੇ ਨਸੀਬ ਜੀ ਨੇ ਬੇਲੇ ਬਹਿ ਕੇ ਬੇਲੇ ਬਹਿ ਕੇ ਬੇਲੇ ਬਹਿ ਕੇ ਸਾਡੇ ਹੱਥਾਂ ਤੇ ਮਾਰੇ ਉਹਨੇ ਖੋਚੇ ਲੰਡੇ ਰਹਿੰਦੇ ਕਿਰਤੀਆਂ ਨੂੰ ਯਾਦ ਕਿੱਥੇ ਸੰਡੇ ਮੰਡੇ ਸੋ ਇਹ ਪਹਿਲੀ ਵਾਰੀ ਵਾਹ ਇਹਨਾਂ ਦਾ ਉਸ ਕੌਮ ਨਾਲ ਪੈ ਗਿਆ ਜਿਹੜੀ ਨਾ ਸੰਡੇ ਮੰਡੇ ਦੇਖਦੀ ਹੈ ਨਾ ਧੁੱਪ ਦੇਖਦੀ ਹੈ ਨਾ ਛਾਂ ਦੇਖਦੀ ਹੈ ਨਾ ਠੰਡ ਦੇਖਦੀ ਹੈ ਨਾ ਗਰਮੀ ਦੇਖਦੀ ਹੈ ਸੋ ਹੁਣ ਸਮਝ ਇਹ ਨਹੀਂ ਇਹਨਾਂ ਨੂੰ ਲੱਗ ਰਹੀ ਕਿ ਆਪਣਾ ਥੁੱਕ ਕੇ ਚਟিয়ে ਕਿਵੇਂ ਪਰ ਕਦੇ ਕਿੱਧਰ ਨੂੰ ਭਜਦੇ ਆ ਕਦੇ ਕੋਈ ਬਿਆਨ ਆਉਂਦਾ ਆਪਸ ਚ ਬਿਆਨ ਨਹੀਂ ਲੜ ਰਹੇ ਇੱਕ ਬੰਦਾ ਕੁਝ ਹੋਰ ਕਹਿੰਦਾ ਪਰ ਮੈਨੂੰ ਇਹ ਪੂਰੀ ਮੈਂ ਹੌਸਲਾ ਇਸ ਗੱਲ ਦਾ ਹੈ ਕਿ ਨੀਂਦ ਇਹਨਾਂ ਨੂੰ ਵੀ ਨਹੀਂ ਆ ਰਹੀ ਰਾਤਾਂ ਦੀ ਔਰ ਜਿਹੜੇ ਕਿਰਤੀ ਨੇ ਕਿਸਾਨ ਨੇ ਉਹ ਤਾਂ ਵੈਸੇ ਹੀ ਕਿਰਤ ਦੇ ਨਾਲ ਜੁੜੇ ਹੋਏ ਆ ਅਸੀਂ ਤਾਂ ਵੈਸੇ ਹੀ ਧੁੱਪ ਛਾਂ ਗਰਮੀਆਂ ਦੇ ਵਿੱਚ ਸੌਣ ਗਿੱਜੇ ਆ ਸੋ ਇਸੇ ਤਰ੍ਹਾਂ ਡਟੇ ਰਹੋ ਮਾਲਕ ਤੁਹਾਡੇ ਨਾਲ ਹੈ ਦੁਨੀਆ ਤੁਹਾਡੇ ਨਾਲ ਹੈ ਔਰ ਬਹੁਤ ਦੁਨੀਆ ਦੀਆਂ ਦੁਆਵਾਂ ਤੁਹਾਡੇ ਨਾਲ ਆ ਕਿਉਂਕਿ ਕਿਰਤियां ਕਿਸਾਨਾਂ ਨੂੰ ਦੁਖੀ ਕਰਨ ਵਾਲਾ ਕਦੇ ਵੀ ਦੁਨੀਆ ਦੇ ਉੱਤੇ ਨਾ ਕੋਈ ਸੁਖੀ ਰਿਹਾ ਨਾ ਰਹੂਗਾ ਔਰ ਇਹ ਕਾਨੂੰਨ ਇੱਕ ਦਿਨ ਰੱਦ ਹੋਣਗੇ ਹੋਣਗੇ ਜ਼ਰੂਰ ਹੋਣਗੇ ਔਰ ਤੁਹਾਡਾ ਸਿੱਧਕ ਇਸ ਗੱਲ ਦੀ ਗਵਾਹੀ ਭਰਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸ਼ਹੀਦ ਉਦਮ ਸਿੰਘ ਜਿੰਦਾਬਾਦ